ਮਲੇਰਕੋਟਲਾ ਵਿਖੇ ਕਾਫਲੇ ਮੀਰ ਆਲ ਇੰਡੀਆ ਪੰਜਾਬ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਸਰਦਾਰ ਅਲੀ ਦੀ ਪ੍ਰਧਾਨਗੀ ਹੇਠ ਮਰਾਸੀ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਵਿੱਚ ਭਾਈਚਾਰੇ ਦੀਆਂ ਵੱਖ ਵੱਖ ਸਤਿਕਾਰਯੋਗ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਪੰਜਾਬ ਦੇ ਨਾਮੀ ਕਲਾਕਾਰਾਂ ਵਿੱਚੋਂ ਮਾਸਟਰ ਸਲੀਮ, ਫਿਰੋਜ਼ ਖਾਨ, ਕਮਲ ਖਾਨ, ਜੀ ਖਾਨ, ਮਾਸ਼ਾ ਅਲੀ, ਸ਼ੌਕਤ ਅਲੀ, ਸ਼ੌਕਤ ਅਲੀ ਪਟਿਆਲਾ, ਬੱਬੂ ਖਾਨ ਤੇ ਹੋਰ ਕਈ ਕਲਾਕਾਰ ਸ਼ਾਮਿਲ ਹੋਏ। ਇਸ ਦੌਰਾਨ ਗੱਲਬਾਤ ਕਰਦਿਆਂ ਸਰਦਾਰ ਅਲੀ, ਮਾਸਟਰ ਸਲੀਮ ਤੇ ਬੂਟਾ ਮੁਹੰਮਦ ਨੇ ਕਿਹਾ ਕਿ ਇਸ ਮੀਟਿੰਗ ਦਾ ਮੁੱਖ ਮੰਤਵ ਪਛੜੇ ਹੋਏ ਪਰਿਵਾਰਾਂ ਨੂੰ ਯੋਗ ਸਿੱਖਿਆ ਦੇ ਕੇ ਹਰ ਪਾਸਿਓਂ ਉਹਨਾਂ ਦਾ ਸਹਿਯੋਗ ਕਰਨਾ ਹੈ, ਜਿਸ ਵਿੱਚ ਆਰਥਿਕ ਪੱਖੋਂ ਤੇ ਸਿਹਤ ਸਹੂਲਤਾਂ ਪੱਖੋਂ ਉਹਨਾਂ ਨੂੰ ਮਜ਼ਬੂਤ ਕੀਤਾ ਜਾਵੇਗਾ। ਸਭ ਤੋਂ ਪਹਿਲਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਵੀ ਚਾਹੁੰਦਾ ਅਤੇ ਉਸ ਤੋਂ ਪਹਿਲਾਂ ਮੈਂ ਧੰਨਵਾਦੀ ਹਾਂ, ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਵਕਤ ਕੱਢਿਆ। ਦੈਨਿਕ ਸਵੇਰਾ ਦੀ ਪੂਰੀ ਟੀਮ ਦਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਜਿਹੜੇ ਹਮੇਸ਼ਾ ਸਾਡੀ ਆਵਾਜ਼ ਨੂੰ ਆਵਾਮ ਤੱਕ ਪਹੁੰਚਾਉਂਦੇ ਆ। ਮੈਂ ਇਹ ਦੱਸਣਾ ਚਾਹੁੰਦਾ ਕਿ ਕਾਫਲਾਏ ਮੀਰ ਰਜਿਸਟਰਡ ਪੰਜਾਬ ਇਸ ਕਰਕੇ ਇਕੱਠੇ ਹੋਏ ਆ ਕਿ ਜਿਹੜੀ ਸਾਡੀ ਮਿਰਾਸੀ ਕੌਮ ਹੈ, ਜਾਣੀ ਮੀਰ ਆਲਮ ਕੌਮ ਹੈ, ਉਹ ਸਾਰੇ ਇੱਕ ਪਲੇਟਫਾਰਮ ਦੇ ਇਕੱਠੇ ਹੋਣ ਔਰ ਇਕੱਠੇ ਹੋ ਕੇ ਅਸੀਂ ਐਜੂਕੇਸ਼ਨ ਵਾਸਤੇ ਕੰਮ ਕਰ ਸਕੀਏ। ਅਸੀਂ ਜਿਹੜੇ ਸਾਡੇ ਮਸਕੀਨ ਲੋਕ ਨੇ ਉਹਨਾਂ ਦੀ ਹੈਲਪ ਕਰ ਸਕੀਏ। ਕੋਈ ਵਿਆਹ ਸ਼ਾਦੀ ਵਿੱਚ ਰੁਕਾਵਟ ਆਉਂਦੀ ਹੈ ਜਾਂ ਕੋਈ ਬੱਚੇ ਦੀ ਸਟੱਡੀ ਵਾਸਤੇ ਜਾਂ ਕੋਈ ਹੋਰ ਸੋਸ਼ਲ ਜਿੰਨਾ ਵੀ ਵੈਲਫੇਅਰ ਦਾ ਕੰਮ ਹੈ ਉਹ ਕਾਫਲਾ ਏ ਮੀਰ ਵੱਲੋਂ ਜਿਹੜਾ ਕੀਤਾ ਜਾਊਗਾ। ਅਤੇ ਸੈਕਿੰਡ ਨੰਬਰ 'ਤੇ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਉਹਨਾਂ ਤੱਕ ਵੀ ਅਸੀਂ ਆਵਾਜ਼ ਉਠਾਵਾਂਗੇ ਕਿ ਜਿਵੇਂ ਵਕਫ ਬੋਰਡ ਹੈ, ਵਕਫ ਬੋਰਡ ਪੰਜਾਬ ਲਿਖਿਆ ਹੁੰਦਾ ਹੈ, ਵਕਫ ਬੋਰਡ ਪੰਜਾਬ, ਲੇਕਿਨ ਵਕਫ ਬੋਰਡ ਦੇ ਵਿੱਚ ਯੂਪੀ ਬਿਹਾਰ ਸਾਰਾ ਆ ਗਿਆ ਅਤੇ ਵਕਫ ਬੋਰਡ ਦੇ ਵਿੱਚ 2500 ਮੁਲਾਜ਼ਮ ਹੁੰਦੇ ਆ, ਉਹਦੇ ਵਿੱਚ ਪੰਜਾਬੀ ਕੋਈ ਨਹੀਂ ਹੈ। ਸੋ ਇਸ ਕਰਕੇ ਪੰਜਾਬੀ ਮਨਫੀ ਕੀਤੀ ਜਾਂਦੀ ਹੈ ਜਾਂ ਪੰਜਾਬੀ ਨੂੰ ਮਨਫੀ ਕੀਤਾ ਜਾਂਦਾ, ਪੰਜਾਬੀ ਮੁਸਲਮਾਨ ਨੂੰ ਮਨਫੀ ਕੀਤਾ ਜਾਂਦਾ, ਉਹਦੇ ਲਈ ਅਸੀਂ ਜੱਦੋਜਹਿਦ ਕਰਾਂਗੇ। ਇਹੋ ਜਿਹੇ ਸਾਡੇ ਵਿਚਾਰ ਨੇ। ਹਾਂਜੀ, ਕਾਫਲਾ ਮੀਰ ਦੇ ਵਿੱਚ ਤੁਸੀਂ ਕਿਹੜੇ ਅਹੁਦੇ 'ਤੇ ਆਪਣੀ ਜ਼ਿੰਮੇਵਾਰੀ ਨਿਭਾਉਂਗੇ, ਕਿਹੜਾ ਅਹੁਦਾ ਤੁਹਾਨੂੰ ਮਿਲਿਆ? ਕਾਫਲਾ ਮੀਰ ਵੱਲੋਂ ਮੈਨੂੰ ਪੰਜਾਬ ਦਾ ਚੇਅਰਮੈਨ ਨਿਯੁਕਤ ਕੀਤਾ ਅਤੇ ਪਰ ਅਸੀਂ ਚੇਅਰਮੈਨ ਬਣ ਕੇ ਤਾਂ ਕੰਮ ਨਹੀਂ ਕਰਾਂਗੇ, ਅਸੀਂ ਤਾਂ ਇੱਕ ਨੋਰਮਲ ਜਿਵੇਂ ਸਿਪਾਹੀ ਕੰਮ ਕਰਦਾ ਹੁੰਦਾ, ਅਸੀਂ ਉਸ ਤਰੀਕੇ ਨਾਲ ਕਾਫਲਾ ਮੀਰ ਦੇ ਵਿੱਚ ਰਹਿ ਕੇ ਕੰਮ ਕਰਾਂਗੇ। ਕਾਫਲਾ ਮੀਰ ਸਾਡੀ ਜਿਹੜੀ ਮੀਰ ਆਲਮ ਕੌਮ ਹੈ ਜਿਹਨੂੰ ਅਸੀਂ ਮਰਾਸੀ ਵੀ ਕਹਿੰਦੇ ਹਾਂ, ਉਹਦੇ ਵਾਸਤੇ ਬੜਾ ਸਟਰੋਂਗ ਪਲੇਟਫਾਰਮ ਹੈ ਕਿਉਂਕਿ ਸਾਡੇ ਬੱਚਿਆਂ ਵਿੱਚ ਲੈਕ ਐਜੂਕੇਸ਼ਨ ਬਹੁਤ ਹੈ ਅਤੇ ਇਹ ਕਮੇਟੀ ਇਸ ਕਰਕੇ ਬਣੀ ਆ, ਨੋਨ ਪੋਲੀਟੀਕਲ ਕਮੇਟੀ ਹੈ, ਇਹਦਾ ਪੋਲੀਟੀਕਲ ਕੋਈ ਸੰਬੰਧ ਨਹੀਂ ਹੈ ਕਿਸੇ ਨਾਲ, ਕਿਸੇ ਵੀ ਪਾਰਟੀ ਨਾਲ, ਇਹ ਸਿਰਫ ਇੱਕ ਐਨ ਜੀ ਓ ਹੈ ਸਾਡੀ ਬਰਾਦਰੀ ਵਾਸਤੇ, ਸਾਡੀ ਮੀਰ ਆਲਮ ਕੌਮ ਵਾਸਤੇ ਕਿ ਇਹਨਾਂ ਦੇ ਬੱਚੇ ਪੜ੍ਹਨ ਲਿਖਣ ਅਤੇ ਅੱਗੇ ਵੱਧ ਸਕਣ, ਵੱਡੇ ਵੱਡੇ ਅਫਸਰ ਲੱਗ ਸਕਣ। ਕਾਫਲਾ ਮੀਰ ਕਿਸ ਤਰ੍ਹਾਂ ਬਾਕੀਆਂ ਨਾਲ ਹਟ ਕੇ ਅਲੱਗ ਹੋ ਕੇ ਕੰਮ ਕਰੇਗੀ ਔਰ ਕੀ ਉਦੇਸ਼ ਲੈ ਕੇ ਚੱਲੇ ਹੋ, ਕਿਸ ਤਰ੍ਹਾਂ ਲੋਕਾਂ ਤੱਕ ਪਹੁੰਚ ਹੋਏਗੀ? ਦੇਖੋ ਜੀ, ਜਿੰਨੀਆਂ ਵੀ ਐਨ ਜੀ ਓ ਨੇ, ਸੰਸਥਾਵਾਂ ਨੇ, ਸਾਰੀਆਂ ਉਪਦੇਸ਼ ਤਾਂ ਸਾਰਿਆਂ ਦਾ ਇੱਕੋ ਹੀ ਹੈ ਨਾ, ਅਤੇ ਇਹਦਾ ਵੀ ਇਹੀ ਉਪਦੇਸ਼ ਹੈ, ਉਪਦੇਸ਼ ਦੀ ਇਹਦਾ ਵੀ ਇਹੀ ਏਜੰਡਾ ਹੈ ਕਿ ਹਟ ਕੇ ਇਸ ਕਰਕੇ ਹੈ ਕਿਉਂਕਿ ਇਹ ਸਿਰਫ ਅਤੇ ਸਿਰਫ ਜਿਹੜੇ ਸਾਡੀ ਕੌਮ ਹੈ ਉਹਨਾਂ ਵਾਸਤੇ ਕੁਛ ਕਰਨਾ, ਆਪਣੀ ਕੌਮ ਦੇ ਜਿਹੜੇ ਬਹੁਤ ਵੱਡੇ ਵੱਡੇ ਹੀਰੇ ਨੇ ਲਾਈਕ ਕਮਲ ਖਾਨ ਹੈ, ਮੈਂ ਹਾਂ, ਭਾਜੀ ਆ, ਭਾਜੀ ਸਾਡੇ ਚਾਚਾ ਜੀ ਨੇ ਸਰਦਾਰ ਅਲੀ ਸਾਹਿਬ, ਕੁਲਦੀਪ ਮਾਣਕ ਸਾਹਿਬ ਨੇ, ਮੁਹੰਮਦ ਸਦੀਕ ਸਾਹਿਬ ਨੇ, ਫਿਲਮ ਇੰਡਸਟਰੀ ਵਿੱਚ ਵੀ ਬੜੇ, ਸਾਜਿਦ ਵਾਜੀ ਸਾਹਿਬ ਨੇ, ਹੋਰ ਬਹੁਤ ਵੱਡੇ ਵੱਡੇ ਲੋਕ ਨੇ ਨਾ। ਤੁਸੀਂ ਕਿਸ ਅਹੁਦੇ ਤੇ ਰਹਿ ਕੇ ਜ਼ਿੰਮੇਵਾਰੀ ਨਿਭਾਉਂਗੇ? ਮੈਂ ਤਾਂ ਨੌਕਰ ਹਾਂ ਜੀ ਕਾਫਲਾ ਅਮੀਰ ਦਾ, ਬਟ ਮੈਨੂੰ ਇਹਨਾਂ ਨੇ ਜਿਹੜੀ ਅਹੁਦੇਦਾਰੀ ਦਿੱਤੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦੀ, ਅਤੇ ਉਹ ਮੈਂ ਇਨਸ਼ਾਅੱਲਾ ਵਧੀਆ ਤਰੀਕੇ ਨਾਲ ਨਿਭਾਵਾਂਗਾ। ਇਹ ਮੀਰ ਜਿਹੜੀ ਆ, ਜਿਹੜਾ ਮੀਰ ਲਫਜ਼ ਹੈ, ਇਹ ਸਾਡੀ ਕਾਸਟ ਹੈ, ਮੀਰ ਆਲਮ, ਮੀਰ ਆਲਮ ਮਿਰਾਸੀ ਬਰਾਦਰੀ ਜਿਹੜੀ ਹੈ, ਇਹ ਉਹਨਾਂ ਦਾ ਸੰਗਠਨ ਬਣਿਆ ਆਲ ਇੰਡੀਆ ਲੈਵਲ 'ਤੇ, ਕਾਫਲਾ ਮੀਰ ਆਲ ਇੰਡੀਆ ਰਜਿਸਟਰਡ ਪੰਜਾਬ, ਇਹ ਪੰਜਾਬ ਦੀ ਅੱਜ ਬਾਡੀ ਦਾ ਸੰਗਠਨ ਹੋਇਆ ਅਤੇ ਜਿਹਦੇ ਵਿੱਚ ਮੈਂ ਸਰਦਾਰ ਅਲੀ, ਮੈਨੂੰ ਪੰਜਾਬ ਦੀ ਪ੍ਰਧਾਨਗੀ ਦਾ ਜਿਹੜਾ ਉਹਨਾਂ ਨੇ ਨਵਾਜ਼ਿਆ ਇਸ ਚੀਜ਼ ਦੇ ਨਾਲ, ਇੱਕ ਡਿਊਟੀ ਦਿੱਤੀ ਹੈ। ਬੂਟਾ ਮੁਹੰਮਦ ਜੀ ਇਹਦੇ ਚੇਅਰਮੈਨ ਹੈ, ਫਿਰੋਜ਼ ਖਾਨ ਹੈੱਡ ਕੈਸ਼ੀਅਰ ਹੈ, ਮਾਸਟਰ ਸਲੀਮ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੈ, ਮਾਸ਼ਾ ਅਲੀ ਜੀ ਜਨਰਲ ਸਕੱਤਰ ਹੈ ਇਹਦੇ, ਸੋ ਹੋਰ ਬਹੁਤ ਸਾਰੇ ਚਿਹਰੇ ਨੇ। ਇਹਦੀ ਜ਼ਰੂਰਤ ਇਹ ਸੀ ਕਿ ਜਿਹੜੀ ਸਾਡੀ ਮਿਰਾਸੀ ਬਰਾਦਰੀ ਆ, ਇਹ ਮਿਊਜ਼ਿਕ ਨਾਲ ਰਿਲੇਟਡ ਹੈ ਅਤੇ ਇਹਨੇ ਬਹੁਤ ਵੱਡੇ ਵੱਡੇ ਸਟਾਰ ਜਿਹੜੇ ਨੇ ਪੰਜਾਬ ਨੂੰ ਨਹੀਂ ਬਲਕਿ ਹਿੰਦੁਸਤਾਨ ਨੂੰ ਬਖਸ਼ਿਸ਼ ਕੀਤੇ ਨੇ। ਸੋ ਇਹਦੇ ਵਿੱਚ ਜੇ ਆਪਾਂ ਇਕੱਲੇ ਇਕੱਲੇ ਦਾ ਜ਼ਿਕਰ ਕਰੀਏ ਤਾਂ ਬਹੁਤ ਲੰਬੀ ਲਿਸਟ ਹੈ, ਅਗਰ ਪੰਜਾਬ ਦੀ ਗੱਲ ਕਰਾਂ ਤਾਂ ਕੁਲਦੀਪ ਮਾਣਕ ਸਾਹਿਬ,
स्वर्गीय कुलदीप माणक साहब और ईदू शरीफ जी जो राष्ट्रपति अवार्ड विनर रहे हैं ढड सारंगी के नाल गाते पूरन शाह कोटी साहब वो भी राष्ट्रपति अवार्ड विनर ने बरकत सिद्धू जी साढ़े नहीं है जनाब उस्ताद शौकत अली मतोई साहब जनाब सरदूल सिकंदर साहब मास्टर सलीम फिरोज़ खान बूटा मुहम्मद माशा अली जी खान कमल खान सुरेंद्र खान लवजीत अफसाना खान तो गुरलेज अख्तर कुलविंदर कैली दलेर मेहंदी जी मीका सो सारे बिलोंग टू मिरासी बरादरी बट कितना कित असी एडे बड़े स्टार देने के बावजूद भी कल्चर की सेवा कल्चर की सभ्याचार की सेवा करने के बावजूद भी सानू सरकारां वालों भी अखों परोखे किया जाता तो कई बार साड़ी बरादरी नू भी एक पार्ट ऑफ जोक समझा जाता है कि साड़ी यार तो कि मरासिया वाली गल करी जाना सो इहदा मतलब मीर आलम संगठन का आ कि वी आर नॉट अ पार्ट ऑफ जोक असी एक सीरीयस मैटर नू गल सीरीयस मैटर ते गल करन वाले लोग हाँ संजीदा लोग हाँ असी साडे अंदर इमोशनस ने असी सुरीला गाना गा के लोगों नू खुश करते हैं और साडा जिहड़ा रिलेशन है वो देखो किड्डा वड्डा हज़रत पीर गुरु नानक पातशाह बाबा नानक जी उन्हां दे नाल साडे बजुर्ग हज़रत पीर बाबा मरदाने शाह रहमतुल्लाह अलैह सरकार उन्हां दे नाल सारी उम्र रहे तो कीर्तन की शुरुआत करन वाले वो है बाबा मरदाना जी कहिंदे सी मरदानिया रवाब छेड़ भाई कीर्तन करिए तो साढ़े बजुर्ग रवाब छेड़ते सी बट किते भी साढ़े बजुर्गों की अज तक यादगार नहीं बनी पूरे पंजाब दे विच किसी भी सिख प्रचारक ने जां श्रोमणी कमेटी ने कदे इस वल ध्यान नहीं दिता तो असी इंशाल्लाह अपने बाबे की मज़ार भी बनावांगे उन्हां दी जिहड़ा यादगार बनावांगे जिथे साडा तीर्थ स्थल होएगा साडा हज होएगा उत्थे साडी कौम दा सो उस दे नाल नाल जिहड़े साडे टैलेंटड बच्चे ने बट बिलोंग टू पुअर फैमिलीज़ दे बिलोंग टू पुअर फैमिलीज़ एफर्ट्स नहीं कर सकते अफोर्ड नहीं कर सकते काफला अमीर उन्हां दी मदद करेगा उन्हां बच्चों चुक के उन्हां नूं अगर अकैडमी चाहिए अकैडमी प्रोवाइड करवा के देवांगे अगर उन्हां नूं कोई अच्छा स्कूल चाहिए स्कूल प्रोवाइड करवा के देवांगे अगर उन्होंने किसी हाई लैवल से किसी अकैडमी जाना पुणे जाना बॉम्बे जाना उन्हां दी कैपेबिलिटी के अकॉर्डिंग काफला अमीर उन्हां दी मदद करेगा अलग इस करके कि असीं सिर्फ अपनी बरादरी की गल करते हैं मिरासी बरादरी की नॉट अदरस अदरस लिए हले वर्क नहीं असीं करांगे असीं अपनी जिहड़ी कास्ट से साडे बच्चे बच्चियां ने टैलेंटड ने बट गरीब परिवार च ने उन्हां दी मदद काफला अमीर करेगा तो आर्टिस्ट जिदा लाइक कुलदीप माणक साहब दुनिया तो चले गए युद्धवीर माणक बेचारा जिहड़ा हैगा अपाहज हो गया बीमार हो गया उन्हें किसी ने नहीं संभालिया काफला अमीर इदा के आर्टिस्टों संभालेगा उन्होंने पेनशन देगा उन्हों लाइफ इंश्योरेंस करवाएगा तो वह बच्चिया दादियाँ मदद करेगा बच्चिया दढ़ाइया च मदद करेगा सो ये परपज़ ने साडे मकसद ने आने वाले समय के जिद काफला अमीर जोड़ा है कारण की लगता है भी अज काफला अमीर की स्थापना करनी पै गई है एक मंच से इकट्ठे होना पै गया कारण की लगता है क्यों पिछे समझा जाता है क्योंकि अगर संगीत की या किसी भी विषय की गल कर लिए तो जोड़ा रूहानी संगीत है वो थोड़ी कम्यूनिटी वालों ही जोड़ा इंडस्ट्री में दिता गया अज की लगता तो भी क्यों पिछे ने और अज की समय की लड़ पै गई अच्छे इकट्ठे कलाकारी सरकारी नज़र के किता ही नहीं समझा जाता भी कलाकारी भी कोई कम है किता ही नहीं है भी तो जस्ट एंटरटेनमेंट है वी आर नॉट ओनली इंटरटेनर असी उहदी ट्रेनिंग लैंदे हाँ असी उहदी एजुकेशन लैंदे हाँ क्लासां पास करदे हाँ कोई साडा म्यूजिक दी एम ए है कोई ग्रैजुएट है तो यह किता क्यों नहीं है अगर किता नहीं समझदी सरकार इहनूं जां समाज नहीं समझदा तो फिर तां सानूं इह हमला मारना पिया कि असी अपने खुद दीआं जिम्मेवारियां चुकांगे तो खुद उहनूं असी अगे लैके जावांगे अपने बच्चों तो असी अपने किते दे राहीं पैसा कमा के असी उन्हां दी मदद करांगे किन्ने क जिहड़े लोग ने तुहाडे नाल इत्थे आ के रूबरू होए ने इस संगठन उन्होंने ज्वाइन किया या अगे तुहाडे नाल कदम मिला के चलणगे किन्ने लोग अज इक मंच ते इकट्ठे होए अज तकरीबन 200 to 250 बंदा अज मंच ते इकट्ठा होया पहली मीटिंग सी हल्फिया बयान अज हल्फ होना अज सहु चुक समागम है वादे होने ने जिदे विच पंजाब दे बहुत सारे स्टार पहुंचे ने फिरोज़ खान आया मास्टर सलीम आया माशा अली है सुरेंद्र खान है कमल खान है जी खान है तो माई सैल्फ सरदार अली सारे असी अज आए हैं तो साढ़े नाल बहुत सारी बरादरी के उमदा लोग ने
तो जोड़े अपने अपने समय के अच्छा जोड़ा अपना वो रखते हैं एक मकाम रखते हैं अपनी अपनी जगह पर सो सारे रल के इस काफिले अगे चलावे इनशाला यह जिते मिरासी बरादरी लाहेवंद होगा ये उत्थे समाज लिए भी लाहेवंद होगा अदरस जोड़े होर कैटागरीज ने कित भी साड़ी जरूरत पैंती है तो काफिला अमीर हमेशा मुश्किल की घड़ी के उन्होंने नाल डट के खड़ेगा। लुधियाना तो वरुण सक्कर की रिपोर्ट। अलीशा बेगम एक औरत का दुख एक औरत ही समझ सकती है। रूहानी और काली शक्तियां की मालकन दुनिया का सब तो चमत्कारी इल्म मेरे को है। मेरे किते कोई कट नहीं सकता। काला इल्म करना आते तोड़ना हर एक बस की गल नहीं। परेशानी जिम्मे लव मैरिज पति पत्नी च झगड़ा सौतन दुश्मन तो छुटकारा तलाक केस बुरे सपने विदेश यात्रा बुरी संगत ज नशा छुड़ा बीमारी च दवा ना लगना वशीकरण एक सच्चाई है। वशीकरण करवाओ मन चाह प्यार पाओ। की किस्मत च लॉटरी का योग है ज नहीं सच्चाई जानो। लॉटरी नंबर पाओ भावे 649 हो लोटोमैक्स 11 घंटे करवाओ हर परेशानी का हल घर बैठे। अष्टाम पेपर से लिख के लवो कम की गारंटी ज कहने तो बाहर है तुरंत संपर्क करो। तो हर गल गुप्त रखी जाएगी। अलीशा बेगम।